Bir de sok. ਮੈਂ ਦੱਸ ਦਿੰਦਾ ਅੱਜ ਜਿਹੜਾ ਇਹ ਕੈਂਪਸ ਹੀ ਲਵਾਇਆ ਸੀ ਕੈਂਸਰ ਵਾਸਤੇ ਬਾਹਰਲੇ ਸਹਿਯੋਗ ਨਾਲ ਇਹਦਾ ਮਤਲਬ ਤਾਂ ਇਹੀ ਸੀਗੇ ਵੀ ਇੱਥੇ ਆਉਣ ਲੇਡੀਜ਼ ਖਾਸ ਕਰਕੇ ਲੇਡੀਜ਼ ਨੂੰ ਲਾ ਕੇ ਜੈਂਟਸ ਵੀ ਕਿ ਉਹਨਾਂ ਨੂੰ ਜੋ ਚੈੱਕ ਕਰਾਉਣ ਵੀ ਕੈਂਸਰ ਆਉਂਦਾ ਜਿਹੜਾ ਇੱਥੇ ਪਹਿਲੀ ਸਟੇਜ 'ਤੇ ਹੋਵੇ ਉਹਦਾ ਇਲਾਜ ਸੌਖਾ ਹੋ ਜਾਂਦਾ ਦੂਜੀ ਤੀਜੀ 'ਤੇ ਆਪਾਂ ਜਿਹੜੇ ਇੱਥੋਂ ਦੇ ਲੋਕ ਆਪਾਂ ਡਰਦੇ ਵਾਲੇ ਹਾਂ ਵੀ ਸਾਨੂੰ ਜੇ ਕੈਂਸਰ ਦੱਸਤਾ ਤਾਂ ਫਿਰ ਪਤਾ ਸਾਡੀ ਪਹਿਲੀ ਮੌਤ ਹੋ ਜਾਊਗੀ ਇਹ ਡਰਨਾ ਨਹੀਂ ਚਾਹੀਦਾ ਇਹ ਫ੍ਰੀ ਚੈੱਕ ਆਪਾਂ ਉੱਥੇ ਆਪਾਂ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਇਆ ਦੇ ਕੇ ਚੈੱਕ ਕਰਾਉਂਦੇ ਹਾਂ ਨਾਲੇ ਫਿਰ ਡਾਕਟਰ ਦਵਾਈਆਂ ਦਿੰਦੇ ਆ ਇਹ ਹੁਣ ਆਪਾਂ ਨੂੰ ਪਹਿਲੀ ਸਟੇਜ 'ਤੇ ਪਤਾ ਲੱਗ ਜਾਏ ਸੌਖਾ ਹੋ ਜਾਂਦਾ ਹੈਗਾ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਵੀ ਤੁਸੀਂ ਜ਼ਰੂਰ ਆਇਆ ਕਰੋ ਕੈਂਪਾਂ 'ਚ ਡਰਿਆ ਨਾ ਕਰੋ ਹੁਣ ਅਸੀਂ ਚਾਰ ਪੰਜ ਪਿੰਡਾਂ 'ਚ ਅਨਾਊਂਸ ਕਰਾਇਆ ਦੋ ਤਿੰਨ ਪਿੰਡਾਂ ਦੇ ਸਾਨੂੰ ਸ਼ਰਿਆਮ ਇਹ ਆਖਿਆ ਵੀ ਜੇ ਅਸੀਂ ਕੈਂਸਰ ਆ ਗਏ ਤਾਂ ਪਹਿਲੀ ਮਰ ਜਾਵਾਂਗੇ ਮੌਤ ਤਾਂ ਪਰਮਾਤਮਾ ਦੇ ਹੱਥ ਆ ਜਿਹੜੀ ਦਵਾਈ ਬੂਟੀ ਲੈਣੀ ਚੈੱਕ ਅਪ ਕਰਾਉਣਾ ਇਹ ਆਪਣਾ ਫਰਜ਼ ਬਣਦਾ ਇਸ ਕਰਕੇ ਬੇਨਤੀ ਕਰਦੇ ਹਾਂ ਸਰੀਰ ਬਣ ਕੇ ਜ਼ਰੂਰ ਆਇਆ ਕਰੋ ਡਰਿਆ ਨਾ ਕਰੋ ਡਰਨ ਵਾਲੀ ਕੀ ਗੱਲ ਆ ਜਿਹੜੀ ਗੱਲ ਹੋਣੀ ਆ ਤਾਂ ਹੋ ਹੀ ਜਾਣੀ ਆਪਾਂ ਕਹਿੰਦੇ ਪਹਿਲਾਂ ਮੌਤ ਹੋ ਜੂ ਫਲਾਨੀ ਮੌਤ ਹੋ ਜੂ ਜਦੋਂ ਆਪਾਂ ਨੇ ਪਹਿਲਾਂ ਇਲਾਜ ਹੋਇਆ ਤਾਂ ਮੌਤ ਕਾਹਤੋਂ ਹੋਊਗੀ ਮੈਂ ਤਾਂ ਬਸ ਇੰਨੀ ਕਹਿਣਾ ਚਾਹੁੰਦਾ।